ਹਾਏ ਨੀ ਸ਼ੁਕਰੇ ਸ਼ੁਕਰੇ ਤੂੰ ਦੁਕਾਨ ਤੇ ਮਿਲ ਗਿਆ ਹੈਗਾ ਬਾਜੀ ਤੁਸੀਂ ਆਪ ਕਿਉਂ ਆਏ ਹੋ ਤੋ ਬੱਚੇ ਮੈਂ ਕੀ ਦੱਸਾਂ ਨੜੀਨ ਨੀ ਇਧਰ ਬਹਿ ਜਾ ਹਾਏ 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 ਵੇੜਿਆ ਉਫ ਹੁਣ ਠੰਡਾ ਜਿਹੜੀਆਂ ਹੈਗੀਆਂ ਨੇ ਬਰਫਾਂ ਵਾਲੇ ਫਟਿਆਂ ਤੇ ਰਹਿ ਗਈਆਂ ਨੇ ਘੜਾਂ 'ਚ ਅੱਗਾਂ ਲੱਗੀਆਂ ਪਈ ਇਹ ਵੀ ਬਰਫ਼ ਕੇ ਖਰੀਦਾ ਮੈਂ ਬਰਫਾਂ ਕਿਉਂ ਲਿਆਉਣੀਆਂ ਸੀ ਖੈੜੀ ਸੱਲਾ ਮੇਰੇ ਘਰ ਵੱਡੀ ਫੜੀ 'ਚ ਹੈਗੀ ਆਪਣੀ ਉਹ ਅੱਛਾ ਪਰ ਕੰਮ ਨਹੀਂ ਪਈ ਘਰ ਦੀ ਵੇੜਾ ਉਫ ਹਾਂਜੀ ਇਹ ਨੜੀਨ ਦਾ ਖਾਵੰਦ ਹਾਂਜੀ ਦੱਸੇ ਬਗੈਰ ਘਾੜ ਆ ਗਈ ਫੋਨ ਕਰਕੇ ਆਉਣਾ ਚਾਹੀਦਾ ਸੀ ਉਹਨੂੰ ਇਹੋ ਤੇ ਮੈਂ ਇਹਨੂੰ ਕਹਿ ਰਹੀ ਵੀ ਨੜੀਨ ਤੂੰ ਦੱਸਿਆ ਤੇ ਘਰ ਵੀ ਫਰਿੱਜ ਜਵਾਬ ਦੇਗੀ ਸ਼ੁਕਰ ਏਸੀ ਜਵਾਬ ਦੇ ਗਿਆ ਨੋਰੀਨ ਦਾ ਖਾਵਨ ਜਦੋਂ ਘਰ ਆਇਆ ਸੀ ਉਹਨੂੰ ਅੱਗ ਲੱਗੀ ਸੀ ਸਰਦੀਆਂ ਵਿੱਚ ਨਾ ਉਹਦਾ ਦਰਜਾ 58 ਮਿੰਟ ਚ ਆਈ ਦਾ 55 ਹੁੰਦਾ ਹੈ ਮੇਰੇ ਕੋਲ ਪਹਿਲੇ ਇੱਕ ਹੈ ਇਹ ਤਾਂ ਮਸਲਾ ਬੈਠਾ ਹੈ ਠੀਕ ਹੈ ਅਬ ਦਰਜਾ ਰਹਿਣ ਵਾਲਾ ਆ ਗਿਆ ਪਤਾ ਕਾਰੀਗਰ ਤੇ ਗਏ ਨੇ ਸਾਰੇ ਵੇਖ ਅੱਜ ਤੂੰ ਕਾਰੀਗਰ ਉਹ ਬਾਜੀ ਐਡਾ ਵੱਡਾ ਕਾਰੀਗਰ ਤੂੰ ਖੁਦ ਹੈਗਾ ਆਪਣਾ ਸਮਾਨ ਆ ਤੁਸੀਂ ਫਰਤ ਮੇਨੇ ਤੂਰ ਅਬ ਜੀ ਜੀ ਆ ਪੁਰਾਣੇ ਹੋ ਗਏ ਆ ਅਬ ਆਪਣਾ ਉਹ ਪਿਛਲੀ ਦੁਕਾਨ ਮੇ ਇੱਕ ਰਹਤਾ ਵਸ਼ੀਮ ਉਸਕੇ ਪਾਸ ਜਾ ਉਹਦੇ ਵਸ਼ੀਮ ਕੋਲ ਚਲੇ ਜਾਓ ਨੜੀਨ ਇਹ ਬਰ ਪੁਰਾਣੇ ਬੰਦੇ ਹੈਗੇ ਨੇ ਆਪਣੇ ਪਤਾ ਕੀ ਗੱਲ ਇਹ ਬੱਚੇ ਨਾਲ ਜ਼ਰਾ ਅਫਸੋਸ ਕਰ ਗਵਾਚਾ ਹੈ ਕਿਸ ਦਾ ਬੱਚਾ ਤੇ ਲਾਣ ਕੜਾਓ ਵਸੀਤੇ ਬਾਜੀ ਇਹਦੀ ਆਪਣਾ ਬਾਜੀ ਫੁੱਫੀ ਸੀ ਉਹ ਹਈਅਤ ਹੋ ਗਈ ਪਹਿਲੇ ਹਈਅਤ ਸੀ ਫੁੱਫੀ ਉਸਕੇ ਬਾਅਦ ਮਈਅਤ ਹੋ ਗਈ ਹਈਅਤ ਨਹੀਂ ਹੋਈ ਹਈਅਤ ਜਿਸਾਮਤ ਕੋ ਕਹਤੇ ਹੈ ਜਹਾਨ ਫਾਨੀ ਸੇ ਕੂਚ ਕਰ ਗਏ ਹੈ ਹਾਂਜੀ ਉਹ ਡਾਰ ਸਾਹਿਬ ਦੀ ਤਕਰੀਰ ਸੁਣੀ ਹੈ ਅੱਛਾ ਅੱਛਾ ਗਈ ਆਪਨੇ ਬਜਟ ਕੀ ਤਕਰੀਰ ਨਹੀਂ ਸੁਣੀ ਮੈਂ ਸੁਣਿਆ ਹੈਗਾ ਜਦੋਂ ਪਹਿਲੀ ਗੱਲ ਡਾਰ ਦੇ ਸ਼ੁਰੂ ਕੀਤੀ ਤੇ ਮੈਂ ਟੀਵੀ ਬੰਦ ਕਰਤਾ ਅੱਲਾ ਨੇ ਬਚਾ ਲਿਆ ਵਰਨਾ ਤੁਹਾਡੀ ਵੀ ਹਈਅਤ ਹੋ ਜਾਣੀ ਸੀ ਇੱਥੇ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਭਾਈ ਭਾਈ ਰਾਗੀ ਮੇਰੀਆਂ ਨਾਨ ਨਾਨ ਕਿੰਨੇ ਕਹਿ ਕੇ ਗਏ 1200 ਜਿੱਡਾ ਤੂੰ ਭਾਈ ਤੇਰਾ 1200 ਹੀ ਬਣਦਾ ਤੂੰ 1500 ਵੀ ਲਵਾ ਸਕਦਾ ਐਕਚੁਅਲੀ ਮੇਰੀ ਭੈਣ ਦੀ ਸ਼ਾਦੀ ਹੈ ਜਨਾਬ ਸਾਰੀ ਜੰਜ ਨੇ ਸਿਰਫ ਨਾਨ ਖਾਣੇ ਨੇ ਕਿਹਾ ਤੁਹਾਡੀ ਭੈਣ ਕੀ ਸ਼ਾਦੀ ਹੈ ਜੀ ਤੇਰੇ ਚ ਰੋਣ ਵਾਲੀ ਕਿਹੜੀ ਗੱਲ ਉਹਦੀ ਫੁੱਫੀ ਹਈਅਤ ਹੋ ਗਈ ਹੈ ਨਾ ਹਈਅਤ ਹੋ ਗਈ ਅੰਮ ਹਈਅਤ ਬੜਾ ਅਫਸੋਸ ਹੋਇਆ ਜੀ ਲੋ ਜੋ ਆਈ ਵੀ ਆ ਗਿਆ ਤੁਹਾਡਾ ਲੋ ਲਾਨਤ ਵੇ ਮੇਰੀ ਨੁੜੀਨ ਵੇਖ ਤੇ ਉਹ ਕਮੀਨ ਵੇਖ ਆਪਣਾ ਤਨਜ਼ੀਮ ਭਾਈ ਕੀ ਹਾਲ ਕੀ ਕਹਿ ਰਹੇ ਆ ਠੀਕ ਠਾਕ ਆ ਜਾ ਇਧਰ ਇੱਥੇ ਹੀ ਬਹਿ ਜਾਓ ਉਹ ਨਹੀਂ ਖਾ ਰਹੇ ਕੋਈ ਗੱਲ ਨਹੀਂ ਥੱਲੇ ਬਹਿ ਜਾਂਦੇ ਆ ਇਹ ਕੌਣ ਹੈ ਇਹ ਮੇਰੇ ਦੋਸਤ ਨੇ ਖੈਰ ਨਾਲ ਆਇਓ ਕੀ ਹੋਇਆ ਏਸੀ ਨਹੀਂ ਕੰਮ ਕਰ ਤੂੰ ਤਾਂ ਪਿਛਲੇ ਪਾਸੇ ਬਹਿਨੇ ਪੁੱਤੜ ਕਰ ਦੇ ਮੇਰਾ ਏਸੀ ਠੀਕ ਮੇਰੇ ਜਵਾਈ ਨੂੰ ਪਤਾ ਲੱਗੇ ਉਹ ਆਪਣੀ ਸੱਸ ਘਰ ਦੀ ਕਗਾਨ ਨੜਾਣ ਆਇਆ ਕੋਈ ਨਹੀਂ ਅੰਮਾ ਜੀ ਮੈਂ ਵੀ ਤੇ ਤੁਹਾਡੇ ਜਵਾਈਆਂ ਭਾਈਆਂ ਵਰਗਾ ਹਾਂ ਤੇਰੇ ਵਰਗਾ ਮੇਰਾ ਜਵਾਈ ਹੋਵੇ ਤੇ ਰਾਣਾ ਸਨਾਲੋ ਨੂੰ ਮੈਂ ਆਪ ਤੇਰੀ ਫੋਟੋ ਦਵਾਂ ਤੇ ਤੇਰੇ ਵਰਗਾ ਮੇਰਾ ਜਵਾਈ ਹੋਵੇ ਤੈਨੂੰ ਮੈਂ ਆਪ ਆਪਣੇ ਹੱਥੀ ਪੀਟੀਆਈ ਚ ਭਰਤੀ ਕਰਾਵਾਂ ਤਾਂ ਕਿ ਤੂੰ ਫੜਿਆ ਜਾਵੇਂ ਕਮ ਸੇ ਕਮ 30 ਦਿਨਾਂ ਵਾਸਤੇ ਉਸ ਬਾਅਦ ਤੇਰੀ ਜ਼ਮਾਨਤ ਹੋਵੇ ਤੂੰ ਫਿਰ ਫੜਿਆ ਜਾਵੇਂ ਉਸ ਬਾਅਦ ਫਿਰ ਤੇਰੀ ਜ਼ਮਾਨਤ ਹੋਵੇ ਤੂੰ ਫਿਰ ਫੜਿਆ ਜਾਵੇਂ ਔਰ ਤੂੰ ਚੋਰੀ ਜੇਲੋਂ ਬਾਹਰ ਨਿਕਲੇ ਤੇ ਤੇਰੀ ਮੁਕਬੜੀ ਮੈਂ ਕਰਾਂ ਤੇਰੇ ਵਰਗਾ ਮੇਰਾ ਜਵਾਈ ਹੋਵੇ ਨਾ ਮੈਂ ਆਪਣੇ ਹੱਥੀ ਜੀਓ ਫੈਂਸਿੰਗ ਕਰਾਵਾਂ ਉਹ ਯਾਰ ਤੁਹਾਨੂੰ ਹਾਸੇ ਦੀ ਪਈ ਮੇਰੀ ਭੈਣ ਦੀ ਜੰਜ ਬੂਹੇ ਤੇ ਬੈਠੀ ਉਹਦੀ ਭੈਣ ਦੀ ਜੰਜ ਬੂਹੇ ਤੇ ਬੈਠੀ ਏ ਇਹਦੀ ਫੁੱਫੀ ਦੀ ਹਈਅਤ ਬੂਹੇ ਤੇ ਪਈ ਏ ਇਹ ਮਈਅਤ ਮੇਰੀ ਫਰਿੱਜ ਦੇ ਸਾਹਮਣੇ ਪਈ ਏ ਬੰਦਾ ਸਭ ਤੋਂ ਪਹਿਲੇ ਕੰਮ ਕਰੇ ਤੇ ਕਰੇ ਕਿਦਾਂ ਅੰਮਾ ਜੀ ਤਨਵੀਰ ਦਾ ਫੋਨ ਆ ਗਿਆ ਨੀ ਉਹਨੂੰ ਕੀ ਅੰਮੀ ਨੂੰ ਤਨਵੀਰ ਤੇ ਲਾਨਤ ਪਾਉ ਕੌਣ ਹੈਗਾ ਮੇਰਾ ਜਵਾਈ ਹੈਗਾ ਜੀ ਉਹਨੂੰ ਕੀ ਮੈਂ ਅੰਮੀ ਨੂੰ ਡਾਕਟਰ ਕੋਲ ਲੈ ਕੇ ਆਈ ਹਾਏ ਛੜਦੀਆਂ ਦਰਦਾਂ ਹੀ ਲੈ ਕੇ ਬਹਿ ਗਿਆ ਗੋਲੀਆਂ ਦੀਆਂ ਦਰਦਾਂ ਹੀ ਲੈ ਕੇ ਇਹੋ ਜਿਹੀਆਂ ਮਾਈਆਂ ਧੀਆਂ ਦੀਆਂ ਤਲਾਕਾਂ ਕਰਾਉਂਦੀਆਂ ਨੇ ਤਨਵੀਰ ਅੰਮੀ ਜੀ ਕੀ ਤਬੀਅਤ ਖਰਾਬ ਹੋ ਗਈ ਯਹਾਂ ਪੇ ਨਾ ਰੋ ਤਨਵੀਰ ਸਮਝੇਗਾ ਅੰਮੀ ਜੀ ਫੌਤ ਹੋ ਗਏ ਨੇ ਮਾਂ ਜੀ ਮੇਰਾ ਵੀ ਕੰਮ ਹੋਣ ਦਿਓ ਮੈਂ ਆਪਣੇ ਮਾਂ ਪਿਓ ਦਾ ਇਕੱਲਾ ਇਕੱਲਾ ਪੁੱਤਰ ਹਾਂ ਫਿਰ ਉਹ ਸਮਝਦਾਰ ਸਨ ਫੜੀ ਜੀ ਇਹੋ ਜਿਹੀ ਠੀਕ ਕਰਦੇ ਮੇਰੀ ਫੜੀ ਚੋਂ ਇੰਨੀ ਨਹੀਂ ਬੜਬਾੜ ਡਿੱਗੇ ਉਹ ਸਾਡਾ ਸਾਲਨ ਖਰਾਬ ਹੋ ਜਾਣਾ ਯਾਰ ਆਪ ਯਹਾਂ ਬੈਠੇ ਬਾਤੇ ਕਰੇ ਕੋਈ ਕਿਸੇ ਦਾ ਕੰਮ ਹੀ ਨਹੀਂ ਕਰ ਰਹਾ ਮੇਰਾ ਪੁੱਤਰ ਮੇਰਾ ਏਸੀ ਠੀਕ ਕਰ ਦੇ ਮੇਰੇ ਜਵਾਈ ਨੂੰ ਪਤਾ ਲੱਗੇ ਉਹ ਆਪਣੀ ਸੱਸ ਨਾਲ ਨਹੀਂ ਅਲਾਸਕਾ ਆਇਆ ਭਾਈ ਮੈਨੂੰ ਪਰ ਦਿਲਾ ਦਾ ਮੈਂ ਇੱਕ ਪਾਈ ਦੇ ਦੂੰਗਾ ਮੈਂ ਕਰਜ਼ ਤਾਰ ਬੋਸ ਹਲੋ ਤੂੰ ਤੰਦੂਰ ਚ ਬਰਫ ਪਾਈ ਨਹੀਂ ਚਾਰ ਨਾਨਾ ਤੋਂ ਵਧੇ ਡੰਡੇ ਤੇ ਮਾਂ ਜੀ ਮੇਰੇ ਸਗਰਾ ਦੇ ਦਿਨ ਨੇ 3 ਦਿਨ ਤੱਕ ਮੇਰੀ ਬਰਾਤ ਜਾਣ ਵਾਲੀ ਬੋਸ ਕੀ ਹੈ ਮੈਂ ਰਿਜ਼ਾਈਨ ਕਰਤਾ ਹੂੰ ਲਓ ਜੀ ਫ੍ਰਿਜ ਵਾਲੇ ਦਾ ਗਾਹਕ ਲੰਘ ਗਿਆ ਜੀ ਬਾਹਰ ਸ਼ਾਹ ਜਿੰਨਾ ਟਾਈਮ ਲੈ ਕੇ ਮੜਿਆ ਬੇਟੇ ਮੈਂ ਐਡੀ ਗੰਦੀ ਹਈਅਤ ਅੱਜ ਤੱਕ ਨਹੀਂ ਦੇਖੀ ਕਿਹੜਾ ਉਹ ਹਾਂਜੀ ਅੱਜ ਜਿੰਨੀ ਬੜਪਈ ਹੋਈ ਨਾ ਇਸ ਮੁੰਡੇ ਨੂੰ ਦੇ ਦਿਓ ਤੇ ਉਹ ਜਿੰਨਾ ਉਹਨੇ ਖਰਾਬ ਹੋਣਾ ਸੀ ਹੋ ਗਿਆ ਹੈਲੋ ਐਵਰੀਬਡੀ ਅਗਰ ਆਪਨੇ ਟੀਵੀ ਕੇ ਉੱਪਰ ਹਮਾਰਾ ਸ਼ੋਅ ਮਸਤੀਆਂ ਮਿਸ ਕਰ ਦਿਆ ਹੈ ਤੋ ਯੂ ਸਟਿਲ ਹੈਵ ਅ ਚਾਂਸ
आप जाएं हमारे YouTube चैनल पे, हमारे चैनल को भी सब्सक्राइब करें और दबाएं बेल आइकन का बटन ताकि जो लेटेस्ट एपिसोड्स हैं वो भी आपको मिलते रहें. सो गो देयर एंड एंजॉय मस्तियाँ.